ਡਾਕਟਰ ਧਨਵੰਤ ਕੋ। ਸਭ ਤੋਂ ਪਹਿਲਾਂ ਤਾਂ ਮੈਂ ਮਨ ਦੇ ਸਾਰੇ ਸੱਭਿਆਚਾਰ ਮੰਨਦਾ ਉਹਨਾਂ ਦੇ ਪ੍ਰਧਾਨ ਡਾਕਟਰ ਸਕੂਲ ਮੈਂਬਰ ਮੁਬਾਰਕ ਦੇਣਾ ਵਾ ਕਿ ਉਹ ਅਕਸਰ ਹੀ ਇਹੋ ਜਿਹੇ ਸਮਾਗਮ ਬਚਾਉਂਦੇ ਰਹਿੰਦੇ ਅਤੇ ਪਰ ਅੱਜ ਦਾ ਸਮਾਗਮ ਮੈਨੂੰ ਲੱਗਦਾ ਹੈ ਕਿ ਓਬਵੀਅਸਲੀ ਬਹੁਤ ਬਹੁਤ ਪਹਿਲਾਂ ਸਾਨੂੰ ਕਰਨਾ ਚਾਹੀਦਾ ਸੀ। ਗੁਰਦੇਵ ਸਿੰਘ ਰੁਪਾਨਾ ਵਗੈਰਾ ਸਾਹਿਤਕਾਰ ਜਿਸ ਨੂੰ ਪਹਿਲੇ ਦਿਨ ਤੋਂ ਹੀ ਪੰਜਾਬੀ ਵਿੱਚ ਪੜ੍ਹਿਆ ਅਤੇ ਸਲਾਹਿਤਾ ਗਿਆ ਉਹਦੇ ਬਾਰੇ ਇਹੋ ਜਿਹੇ ਹਰ ਹਫ਼ਤੇ ਨਾਲ ਕਿਵੇਂ ਫੰਕਸ਼ਨ ਹੁੰਦੇ ਹਨ ਤੁਹਾਨੂੰ ਲੱਗਦਾ ਕਿ ਥੋੜ੍ਹੇ ਰੁਪਾਨਾ ਸਾਹਿਬ ਦੀਆਂ ਕਹਾਣੀਆਂ ਦੀ ਗਿਣਤੀ ਮੇਰੇ ਹਿਸਾਬ ਨਾਲ ਤਾਂ 50 ਹੀ ਬਣਦੀ ਹੈ ਪਰ ਚਾਰ ਦਹਾਕਿਆਂ ਤੋਂ ਮੈਂ ਸਮਝਦੀ ਹੈ ਕਿ ਕਹਾਣੀ ਦੀ ਬਹੁਤ ਸਭ ਤੋਂ ਛੋਟੀ ਵਿਧਾ ਜੇ ਅਸੀਂ ਫਿਕਸ਼ਨ ਦੇ ਮੰਨਦੇ ਹਾਂ ਤਾਂ ਕਹਾਣੀ ਮੰਨਦੇ ਹਾਂ ਔਰ ਰੁਪਾਨਾ ਸਾਹਿਬ ਨੇ ਲੰਬੀ ਕਹਾਣੀ ਵੀ ਲਿਖੀ ਪਰ ਇਹਨਾਂ ਦੀ ਕਹਾਣੀ ਦੀ ਰੇਂਜ ਕਿੰਨੀ ਵੱਡੀ ਹੈ ਇਸ ਗੱਲ ਦਾ ਅੰਦਾਜ਼ਾ ਤੁਸੀਂ ਲਗਾਓ ਕਿ ਬਿਲਕੁਲ ਅਣਭੋਲ ਦੇ ਬਚਪਨ ਤੋਂ ਲੈ ਕੇ ਬਹੁਤ ਮੌਤ ਦੇ ਨੇੜੇ ਤੇੜੇ ਜਿਹੜੇ ਵਿਚਰਦੇ ਛੇ ਹੈਗੇ ਉਹਨਾਂ ਨੂੰ ਵੀ ਇਹਨਾਂ ਨੇ ਆਪਣੀ ਕਹਾਣੀ ਵਿੱਚ ਬਲਕਿ ਜਿਵੇਂ ਹੁਣ ਇਹ ਗੱਲ ਇਸ ਤੋਂ ਪਹਿਲਾਂ ਇੱਕ ਕਹਾਣੀ ਦੀ ਗੱਲ ਹੋਈ ਸੀ ਕਿ ਮੌਤ ਤੋਂ ਬਾਅਦ ਵੀ ਅਸੀਂ ਇਸ ਵਾਰ ਜਿਵੇਂ ਆਪਾਂ ਲੋਕ ਵਿੱਚ ਵਾਲਾ ਕਰਦੇ ਹਾਂ ਉਹਦੀ ਕਹਾਣੀ ਉਹਦੀ ਬਾਤ ਵੀ ਜਿਹੜੀ ਆਪਣੀ ਕਹਾਣੀ ਦੇ ਵਿੱਚ ਪਾਈ ਜਦੋਂ ਮਤਲਬ ਜ਼ਿੰਦਗੀ ਦਾ ਹਰ ਉਮਰ ਹਰ ਪੜਾਅ ਜੇ ਉਹ ਬਚਪਨ ਦੀ ਗੱਲ ਕਰਦੇ ਨੇ ਤਾਂ ਬੜੇ ਅਣਭੋਲ ਜਿਹੇ ਆ ਬਹੁਤ ਜੇ ਬਾਦਸ਼ਾਹ ਦੀ ਗੱਲ ਬੰਦੀ ਗੱਲ ਕਰਦੇ ਨੇ ਨਾਲ ਹੀ ਨਾਲ ਇਹ ਦੱਸਦੇ ਨੇ ਕਿ ਬਚਪਨ ਦੇ ਪ੍ਰਭਾਵ ਸਾਰੀ ਉਮਰ ਬੰਦੇ ਦੀ ਸ਼ਖਸੀਅਤ ਘੜਨ ਦੇ ਵਿੱਚ ਕਿਵੇਂ ਬਕਾਇਦਾ ਬਰਕਰਾਰ ਰਹਿੰਦੇ ਨੇ ਜੇ ਉਹ ਜਵਾਨੀ ਦੀ ਗੱਲ ਕਰਦੇ ਨੇ ਜਵਾਨੀ ਦਾ ਅਥਾਹ ਜੋਸ਼ ਅਥਾਹ ਚੰਚਲਤਾ ਪਰ ਨਾਲ ਹੀ ਨਾਲ ਕੁਝ ਹੋਣ ਦੀ ਕੁਝ ਦਬਾਉਣ ਦੀ ਜਿਹੜੀ ਕਿਰਿਆ ਅਭਿਲਾਸ਼ਾ ਹੁੰਦੀ ਹੈ ਉਹ ਉਹਨਾਂ ਦੀ ਕਹਾਣੀ ਦੇ ਪੰਨੇ ਪੜ੍ਹਦੇ ਤਾਂ ਸਾਹ ਲੈਂਦੇ ਨਜ਼ਰ ਆਉਂਦੇ ਆ ਜੇ ਉਹ ਅਧਖੜ ਮਨ ਦੀ ਗੱਲ ਕਰਦੇ ਨੇ ਤਾਂ ਅਧਖੜ ਮਨ ਦੇ ਵਿੱਚ ਕਿਵੇਂ ਬੰਦਾ ਜਿਹੜਾ ਹੈਗਾ ਉਹ ਠੁੰਬੜੇ ਭਾਲਦਾ ਹੈਗਾ ਕਿ ਉਹਦੀ ਜਿਹੜੀ ਹੈਗੀ ਆ ਬਰਕਰਾਰੀ ਉਹਦੀ ਜਿਹੜੀ ਉਹ ਬਣੀ ਰਹੇ ਔਰ ਜੇ ਉਹ ਬੁਢਾਪੇ ਦੀ ਗੱਲ ਕਰਦੇ ਨੇ ਤਾਂ ਫਿਰ ਸਾਰੀ ਉਮਰ ਦੀਆਂ ਜਿਹੜੇ ਆਦਰਸ਼ ਸਾਰੀ ਉਮਰ ਦੀਆਂ ਭਦਰਚਾਰੀਆਂ ਉਹਨਾਂ ਦੇ ਸ਼ੰਕੇ ਉਹਨਾਂ ਦੀ ਇੱਛਾ ਉਹਦੇ ਪ੍ਰਤੀਤੀਆਂ ਕਿਹੋ ਜਿਹੀਆਂ ਹੁੰਦੀਆਂ ਨੇ ਤਾਂ ਮੈਂ ਸਮਝਦੀ ਹਾਂ ਕਿ ਕਹਾਣੀ ਦੀ ਛੋਟੀ ਵੀ ਇੱਕ ਵਿਧਾ ਨੂੰ ਇੰਨੀ ਵਿਰਾਟ ਜੀਵਨ ਅਨੁਭਵ ਨਾਲ ਇੰਨੇ ਰੰਗ ਬਿਰੰਗੇ ਜੀਵਨ ਦੇ ਅਨੁਭਵ ਨਾਲ ਇੰਨੇ ਵਨਸਪਨ ਨੇ ਜਿਹਦੇ ਵਿੱਚ ਧੁੱਪ ਦੇ ਛਾਂ ਵੀ ਹੈ ਜਿਹਦੇ ਵਿੱਚ ਉਲਾਸ ਤੇ ਉਮਾਹ ਵੀ ਹੈ ਜਿਹਦੇ ਵਿੱਚ ਉਦਾਸੀ ਵੀ ਹੈ ਸਾਰੇ ਪਾਸੇ ਨੂੰ ਕਹਾਣੀ ਦੇ ਵਿੱਚ ਲਿਆਉਣਾ ਇਹ ਇਹਨਾਂ ਦੀ ਪ੍ਰਾਪਤੀ ਹੈ ਸ਼ਾਇਦ ਇਸੇ ਕਰਕੇ ਇਹਨਾਂ ਦੀ ਕਹਾਣੀ ਸਭ ਤੋਂ ਵੱਧ ਬੜੀ ਪਸਲਾਹੀ ਹੈ ਦੂਸਰੀ ਗੱਲ ਮੈਂ ਜਿਹੜੀ ਸਮਝ ਕੇ ਦੇਖਦਾ ਵਾ ਕਿ ਗੁਰਦੇਵ ਸਿੰਘ ਰੁਪਾਨਾ ਜਿਹੜੇ ਸਾਡੇ ਰਵਾਇਤੀ ਵਿਸ਼ੇ ਨੇ ਖਾਸ ਕਰਕੇ ਉਸ ਦੌਰ ਵਿੱਚ ਜਦੋਂ ਉਹਨਾਂ ਨੇ ਕਹਾਣੀ ਸ਼ੁਰੂ ਕੀਤੀ ਤੋਂ ਲੈ ਕੇ ਅੱਜ ਤੱਕ ਜਿਹੜੇ ਰਵਾਇਤੀ ਵਿਸ਼ੇ ਨੇ ਉਹਨਾਂ ਦਾ ਕਹਾਣੀਕਾਰ ਗੁਰਦੇਵ ਸਿੰਘ ਰੁਪਾਨਾ ਨੇ ਜਦੋਂ ਪ੍ਰਗਤੀਵਾਦੀ ਕਹਾਣੀ ਲਿਖੀ ਜਾ ਰਹੀ ਸੀ ਜਦੋਂ ਅਸੀਂ ਸਮਾਜਿਕ ਦਰਜੇਬੰਦੀਆਂ ਦੀ ਆਰਥਿਕ ਜੋੜਾ ਹੋਣ ਦੀ ਗੱਲ ਕਰ ਰਹੇ ਸੀ ਤਾਂ ਗੁਰਦੇਵ ਸਿੰਘ ਰੁਪਾਨਾ ਨੇ ਆਰਥਿਕ ਅਭਾਵ ਦੀ ਕਹਾਣੀ ਨਹੀਂ ਲਿਖੀ ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸ਼ੋਸ਼ਣ ਵਰਗ ਦੀ ਇਸ ਕਹਾਣੀਆਂ 'ਚ ਗੱਲ ਨਹੀਂ ਹੈ ਉਹ ਗੱਲ ਕਿਵੇਂ ਹੈ ਉਹ ਮੈਂ ਬਾਅਦ ਵਿੱਚ ਦੱਸਾਂਗੀ ਗੁਰਦੇਵ ਸਿੰਘ ਰੁਪਾਨਾ ਦੀ ਕਹਾਣੀ ਸਮਾਜਿਕ ਦਬਾਵਾਂ ਦੀ ਸਮਾਜਿਕ ਪ੍ਰਭਾਵਾਂ ਦੀ ਕਹਾਣੀ ਵੀ ਨਹੀਂ ਹੈ ਇਹਦਾ ਕਹਿਣਾ ਮਤਲਬ ਮੇਰਾ ਇਹ ਨਹੀਂ ਹੈਗਾ ਕਿ ਇਸ ਕਹਾਣੀ ਵਿੱਚ ਸਮਾਜਿਕ ਮਸਲੇ ਨਹੀਂ ਹੈ ਪਰ ਉਹ ਕਹਾਣੀ ਨੂੰ ਸਮਝਦੇ ਕਿਵੇਂ ਕਹਾਣੀ ਦੇਖਦੇ ਕਰਦੇ ਵਾਸਤੇ ਨੇ ਕਹਾਣੀ ਦਾ ਮਨੋਰਥ ਕੀ ਮਸਲੇ ਨੇ ਇਹਨੇ ਜਦੋਂ ਮੈਂ ਉਹਨੇ ਸਾਰੀ ਕਹਾਣੀ ਵਿੱਚ ਥਾਂ ਉੱਤੇ ਰੱਖ ਕੇ ਪੜਿਆ ਹਾਲਾਂਕਿ ਬਹੁਤ ਦੇਰ ਤੋਂ ਜਦੋਂ ਵੀ ਕਹਾਣੀ ਲਿਖੀ ਉਹਨਾਂ ਦੀ ਕਹਾਣੀ ਪੜ੍ਹੀ ਹੈ ਪਰ ਜਦੋਂ ਸਾਰੀ ਕਹਾਣੀ ਇਕੱਠੇ ਕਰਕੇ ਪੜ੍ਹਦੇ ਹਾਂ ਤਾਂ ਫਿਰ ਸਮਝ ਆ ਕਿ ਉਹ ਕਹਾਣੀ ਲਿਖਦੇ ਕਾਹਦੇ ਲਈ ਕਹਾਣੀ ਤੋਂ ਉਹਨਾਂ ਦੀ ਤੋਕੋਂ ਕੀ ਹੈ ਅਤੇ ਕੀ ਸਮਝਦੇ ਨੇ ਕਿ ਪਾਠਕ ਜਦੋਂ ਮੇਰੀ ਕਹਾਣੀ ਪੜ੍ਹੀ ਤਾਂ ਕਿਹੋ ਜਿਹਾ ਪ੍ਰਭਾਵ ਮੈਂ ਕਹਿ ਰਹੀ ਸੀ ਕਿ ਉਹਨਾਂ ਦੀ ਕਹਾਣੀ ਜਿਹੜੀ ਕੀਤੀ ਆ ਉਹ ਆਰਥਿਕ ਲੋੜਾਂ ਪੂਰਾਂ ਦੀ ਕਹਾਣੀ ਨਹੀਂ ਉਹਨਾਂ ਦੀ ਕਹਾਣੀ ਸਮਾਜਿਕ ਪ੍ਰਭਾਵਾਂ ਦੀ ਕਹਾਣੀ ਨਹੀਂ ਉਹਨਾਂ ਦੀ ਕਹਾਣੀ ਵਿਚਾਰਾਂ ਜਾਂ ਆਦਰਸ਼ਾਂ ਦੀ ਕਹਾਣੀ ਹੈਗੀ ਉਹਨਾਂ ਦੀ ਕਹਾਣੀ ਅੱਜ ਦੇ ਬਾਅਦ ਜਿਵੇਂ ਅਮੂਰਤ ਜਾਂ ਕਲਪਨਾ ਹੁੰਦੀ ਹੈ ਜਾਂ ਅਕਰਮਤ ਦੇ ਬੰਦੇ ਹੁੰਦੇ ਆ ਪੈਸੇ ਦੇ ਬੰਦੇ ਦੇ ਕੁਛ ਵੀ ਨਹੀਂ ਕਰਦੇ ਸਿਰਫ ਸੋਚੀ ਜਾਂਦੇ ਆ ਉਸ ਨਾਇਕ ਦੀ ਕਹਾਣੀ ਵੀ ਨਹੀਂ ਹੈ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਸਦੀ ਕਹਾਣੀ ਵਿੱਚ ਇਤਿਹਾਸਕ ਯਥਾਰਥ ਨਹੀਂ ਹੈ ਉਹਨਾਂ ਦੀ ਕਹਾਣੀ ਵਿੱਚ ਸਮਾਜਿਕ ਯਥਾਰਥ ਨਹੀਂ ਹੈ ਉਸਦੇ ਕਮਰੇ ਦੇ ਵਿੱਚ ਆਪਣੇ ਸਮਾਜਿਕ ਮਸਲੇ ਨਹੀਂ ਹੈ ਤਾਂ ਫਿਰ ਹੈ ਕਿ ਉਹਨਾਂ ਦੀ ਕਹਾਣੀ ਵਿੱਚ ਹੈ ਕਿ
ਕਹਾਣੀ ਦੀ ਰੂਹ ਨੂੰ ਜਾਂ ਕਹਾਣੀ ਦੀ ਵਿਧਾ ਜਿਹੜੀ ਹੈਗੀ ਆ ਉਸਦੇ ਉਸਦੀ ਪ੍ਰਕਿਰਤੀ ਨੂੰ ਉਸਦੇ ਧਰਮ ਨੂੰ ਉਸਦੇ ਘੇਰੇ ਨੂੰ ਜਿਹਨਾਂ ਨੇ ਪਛਾਣਿਆ ਜਿਹਨਾਂ ਨੇ ਪਰਵਾਲਿਆ ਜਾਂ ਜਿਹਨਾਂ ਨੇ ਪ੍ਰਭਾਵਿਤ ਕੀਤਾ ਉਹਦੇ ਬਾਰੇ ਜਦੋਂ ਮੈਂ ਗੱਲ ਕਰਦੀ ਹਾਂ ਤਾਂ ਮੈਨੂੰ ਲੱਗਦਾ ਹੈਗਾ ਕਿ ਕਹਾਣੀ ਦੇ ਰਾਹੀਂ ਉਹ ਜਿਹੜੀ ਮਨੁੱਖੀ ਜ਼ਿੰਦਗੀ ਹੈ ਜਾਂ ਸਾਡੀ ਫਿਤਰਤ ਹੈ ਉਸਦਾ ਕੋਈ ਬੜਾ ਅੰਸ਼ ਹੋਇਆ ਜਾਂ ਬੜਾ ਅਣ ਦੇਖਿਆ ਜਾਂ ਪਰ ਬਹੁਤ ਜੁਮਸ਼ੀ ਜੁਮਸ਼ੀ ਜਿਹੜਾ ਪਲ ਹੈਗਾ ਉਸ ਨੂੰ ਪ੍ਰਕਾਸ਼ਨ ਕਰਨਾ ਚਾਹੁੰਦੇ ਹਾਂ ਉਹਨਾਂ ਦੇ ਲਈ ਜ਼ਿੰਦਗੀ ਜਿਹੜੀ ਜ਼ਿੰਦਗੀ ਦੀ ਜੀਤ ਆ ਰਹੀ ਹੈਗੀ ਹੈ ਉਹਦੇ ਵਿੱਚ ਕਿੱਥੇ ਉਹ ਪਲ ਹੈਗਾ ਜਿੱਥੇ ਬੰਦਾ ਜੀਂਦਾ ਨਹੀਂ ਜੀਂਦਾ ਜਿੱਥੇ ਉਹਨੂੰ ਲੱਗਦਾ ਹੈਗਾ ਕਿ ਇਹੀ ਮੇਰੀ ਮੌਤ ਦਾ ਅਸਲ ਪ੍ਰਕਾਸ਼ ਹੋ ਗਿਆ ਉਸ ਉਸ ਤੱਕ ਪਹੁੰਚ ਕਰਨੀ ਉਹ ਆਪਣੀ ਕਹਾਣੀ ਦਾ ਮਨੋਰਥ ਮੰਨਦੇ ਹੈ ਔਰ ਜਿਉਣ ਦੀ ਜਿਹੜੀ ਖਾਹਿਸ਼ ਹੈ ਕੁਛ ਦਿਖਣ ਦੀ ਕੁਛ ਬਣਨ ਦੀ ਖਾਹਿਸ਼ ਹੈ ਔਰ ਕੁਛ ਜਾਣੇ ਜਾਣ ਦੀ ਆ ਮਤਲਬ ਵੀ ਮੈਂ ਵੀ ਹਾਂ ਇਸ ਅਭਿਲਾਸ਼ਾ ਨੂੰ ਤੁਰੰਤ ਤੁਰੰਤ ਪਕੜ ਲੈ ਕੇ ਆਉਣਾ ਆਮ ਤੋਂ ਆਮ ਪਾਠ ਦੇ ਵਿੱਚ ਪਕੜ ਲੈਣਾ ਇਹ ਮੈਂ ਨਵੀਂ ਨਵੀਂ ਤੁਰਨ ਦੀ ਕਹਾਣੀ ਦੀ ਪ੍ਰਾਪਤੀ ਹੈ ਜਿਵੇਂ ਇਤਿਹਾਸਕ ਯਥਾਰਥਵਾਦ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਮੈਂ ਲੱਗਦਾ ਕਿ ਜਿੰਨੀ ਠੋਸ ਔਰ ਜਿੰਨਾ ਮਿਸਾਲੀ ਕਹਾਣੀ ਦਾ ਜ਼ਿਕਰ ਦਿੰਦੇ ਹਾਂ ਦੋ ਕਹਾਣੀਆਂ ਇੱਕ 1947 ਦੀ ਵੰਡ ਬਾਰੇ ਮੈਨੂੰ ਨਹੀਂ ਲੱਗਦਾ ਕਿ ਉਸ ਦੌਰ ਦਾ ਕੋਈ ਵੀ ਕਹਾਣੀਕਾਰ ਹੋਵੇ ਜਿਸ ਨੇ ਕਹਾਣੀ ਨਾ ਲਿਖੀ ਹੋਵੇ ਅੱਜ ਵੀ ਲਿਖੀ ਜਾ ਰਹੀ ਹੈ 1947 ਦੀ ਵੰਡ ਦੇ ਉੱਤੇ ਕਹਾਣੀ ਜਦੋਂ ਦੀ ਰੂਪ ਸੁਣੇ ਮਾਤਾ ਹੋਈ ਜਿਹੜੀ ਕਤਲੋ ਗਾਰ ਹੋਈ ਜਿਹੋ ਜਿਹਾ ਔਰਤਾਂ ਨੇ ਨਜ਼ਰ ਹੁੰਦੇ ਆ ਦਹਿਸ਼ਤ ਦੇ ਕਿੰਨਾ ਦੌਰ ਵਿੱਚ ਨਿਕਲੇ ਉਹਦੇ ਬਾਰੇ ਬਹੁਤ ਬਹੁਤ ਕਹਾਣੀਆਂ ਲਿਖੀਆਂ ਗਈਆਂ ਪਰ ਉਸ ਸਾਰੇ ਕਤਲਾਮ ਦੇ ਵਿੱਚ ਜਿਹੜੇ ਬਿਲਕੁਲ ਅਣਭੋਲ ਬੱਚੇ ਸੀ ਉਹਨਾਂ ਦਾ ਕੀ ਹੋਇਆ ਉਹਦੇ ਬਾਰੇ ਸ਼ਾਇਦ ਸਭ ਤੋਂ ਸਮਰੱਥਾਵਾਨ ਜੇ ਕੋਈ ਲੇਖਕ ਹੈ ਤਾਂ ਉਹ ਸਾਡੇ ਸਾਹਮਣੇ ਸਿਰਫ ਦੋ ਕਹਾਣੀਆਂ ਨੇ ਮੈਂ ਗੱਲ ਕਰਨਾ ਚਾਹਾਂਗੀ ਮੈਨੂੰ ਨਹੀਂ ਪਤਾ ਕਿ ਸਤਰ ਸਭ ਤੋਂ ਕਿੰਨਾ ਕੁ ਟਾਈਮ ਹੈ ਪਰ ਮੈਂ ਨਹੀਂ ਨਹੀਂ ਜ਼ਰੂਰ ਜੀ ਜ਼ਰੂਰ ਤੁਹਾਡੀ ਗੱਲ ਤਾਂ ਸੁਣਨ ਬਾਰੇ ਬੈਠੇ ਹਾਂ ਦੋ ਕਹਾਣੀਆਂ ਦੋ ਕਹਾਣੀਆਂ ਵਿੱਚ ਕੋਈ ਵਾਕਿਆ ਹੈ ਕਿ ਸ਼ਾਇਦ ਇਹ ਸੱਚ ਕਿ ਰੁਪਾਣਾ ਦੇ ਪਿੰਡ ਕੋਲੋਂ ਹੀ ਉਹ ਕਾਫਲਾ ਨਿਕਲਿਆ ਜਾ ਰਿਹਾ ਸੀ 5 ਕਿਲੋ ਦਾ ਮੁਸਾਫਰਾ ਸੀ ਪਿੱਛੋਂ ਬਾਹਰ ਪੈ ਰਹੀ ਸੀ ਔਰ ਪਿੱਛੋਂ ਉਹ ਬਾਹਰ ਪੈਂਦੀ ਸੀ ਲੁਕਦੇ ਸੀ ਮਾਰਦੇ ਸੀ ਅੱਗੇ ਚੱਲ ਜਾਂਦੇ ਸੀ ਉਹ ਬਾਹਰ ਥੱਕ ਜਾਂਦੀ ਸੀ ਦੂਸਰੀ ਬਾਹਰ ਪੈ ਜਾਂਦੀ ਸੀ ਉਹ ਸਾਰਾ ਕੰਮ ਲੱਗਣਾ ਹੈਗਾ ਉਹ ਕੱਟਿਆ ਵੱਟਿਆ ਗਿਆ ਹੈਗਾ ਤਾਂ ਜਿਹੜੀ ਪਹਿਲੀ ਕਹਾਣੀ ਹਵਾ ਹੈ ਉਹਦੇ ਵਿੱਚ ਜਿਹੜਾ ਮਤਲਬ ਉਹ ਕਾਫਲਾ ਲੰਘ ਕੇ ਜਦੋਂ ਮਾਤਾ ਹੋ ਚੁੱਕੀ ਹੈ ਮਾਰੇ ਜਾ ਚੁੱਕੇ ਹੈ ਲੋਕ ਤਾਂ ਇੱਕ ਬੰਦਾ ਹੈਗਾ ਜਿਹਨੇ ਉਸ ਰਸਤੇ ਦੇ ਥਾਣੇ ਆਪਣੇ ਪਿੰਡ ਜਾਣਾ ਆਪਣੇ ਘਰ ਜਾਣਾ ਉਹਨੂੰ ਇੱਕ ਜਿਉਂ ਹੀ ਉਹ ਤਿੰਨਾਂ ਨੂੰ ਦੇਖਦਾ ਪਹਿਲਾਂ ਉਹਨੇ ਇੱਕ ਝਾੜੀ ਦੇ ਵਿੱਚ ਇੱਕ ਬੱਚੇ ਦੀ ਆਵਾਜ਼ ਰੋਂਦੇ ਵੀ ਸੁਣਦੀ ਹੈ ਉਹ ਬੱਚੇ ਨੂੰ ਚੁੱਕ ਲੈਂਦਾ ਚੁੱਕ ਕੇ ਉਹ ਤੁਰਦਾ ਤਾਂ ਦੇਖਦਾ ਕਿ ਅੱਗੇ ਕੋਈ ਦੂਰ ਪਾਣੀ ਨਹੀਂ ਪਰਸ ਰਿਹਾ ਕੋਈ ਸਹਿ ਰਿਹਾ ਇੱਕ ਦੇ ਦੋ ਦੇ ਤਿੰਨ ਦੇ ਕੁਛ ਪਾਣੀ ਪਾਉਂਦਾ ਅਤੇ ਫਿਰ ਉਹਨੂੰ ਲੱਗਦਾ ਹੈ ਕਿ ਇੱਕ ਵਾਰੀ ਸਾਰਾ ਕੁਛ ਨੂੰ ਮੈਂ ਨਹੀਂ ਕਰ ਸਕਦਾ ਉਹਦੇ ਕੋਲ ਲਿੰਕ ਦੀ ਗੱਡੀ ਹੈਗੀ ਹੈ ਦੋਨੋਂ ਪਕੜ ਕੇ ਉਹ ਥੱਲੇ ਲੰਘ ਰਿਹਾ ਤਾਂ ਥੋੜ੍ਹੀ ਦੇਰ ਬਾਅਦ ਉਹ ਉਸਦੇ ਗੱਡੀ ਦੇ ਉੱਪਰ ਬੈਠ ਜਾਂਦਾ ਲੋਕਾਂ ਦੇ ਉੱਤੋਂ ਵੀ ਗੱਡੀ ਲੰਘ ਜਾਂਦੀ ਹੈਗੀ ਹੈ ਅੱਗੇ ਦੇਖਦਾ ਤਾਂ ਇੱਕ ਪਾਸੇ ਕਿਤੇ ਸਾਰੇ ਬੱਚੇ ਅੱਗੇ ਬੈਠੇ ਹੈਗੇ ਤਾਂ ਉਹ ਬੱਚੇ ਨੂੰ ਵੀ ਉਹਨਾਂ ਬੱਚਿਆਂ ਦੇ ਕੋਲ ਵੀ ਛੱਡ ਗਏ ਕਹਾਣੀ ਖਤਮ ਹੋ ਚੁੱਕੀ ਹੈ ਕਿ ਘਰ ਜਾ ਕੇ ਦੇਖਦਾ ਘਰ ਜਾਂਦੇ ਪਤਾ ਲੱਗਦਾ ਕਿ ਉਹਦਾ ਆਪਣੇ ਇੱਕ ਪਰ ਦੂਸਰੀ ਕਹਾਣੀ ਸ਼ੀਸ਼ਾ ਉਹ ਇਸੇ ਵਾਕਿਆ ਨੂੰ 35 ਸਾਲ ਬਾਅਦ ਹੋਰ ਤਰ੍ਹਾਂ ਸੁਣਾਉਂਦੀ ਹੈ ਸ਼ੀਸ਼ਾ ਕਹਾਣੀ ਦੇ ਵਿੱਚ ਹੈ ਕਿ 35 ਸਾਲ ਬੰਦਾ ਬਾਅਦ ਉਹ ਜਿਹੜਾ ਕਹਾਣੀ ਦਾ ਵਕਤਾ ਹੈਗਾ ਉਹ ਕਹਾਣੀ ਦੇ ਵਿੱਚ ਮਤਲਬ ਪਿੰਡ ਜਾ ਕੇ ਜਾ ਰਿਹਾ ਤੇ ਪਿੰਡ ਉਹਦੇ ਨਾਲ ਇੱਕ ਕੋਈ ਪਰਦੇਸੀ ਬੰਦਾ ਜਿਹੜਾ ਕਿ ਪੰਜਾਬੀ ਸਾਹਿਤ ਤੇ ਪੰਜਾਬੀ ਸੱਭਿਆਚਾਰ ਦੇ ਪੀ ਐਚ ਡੀ ਕਰ ਰਿਹਾ ਹੈਗਾ ਤੇ ਉਹ ਪਿੰਡ ਦੇਖਣ ਦੀ ਖਾਹਿਸ਼ ਦੇ ਨਾਲ ਵਕਤਾ ਦੇ ਨਾਲ ਪਿੰਡ ਆਇਆ ਤਾਂ ਜਦੋਂ ਕਿ ਮਤਲਬ ਉਹਦੇ ਪਿੰਡ ਵਿੱਚ ਉਹ ਐਂਟਰ ਨਹੀਂ ਕੀਤੇ ਉਹ ਬੜੀ ਸ਼ੋਭਾ ਕਰਦੇ ਆਪਣੇ ਪਿੰਡ ਦੀ ਆਪਣੇ ਪੰਜਾਬ ਦੀ ਸਾਰੇ ਪੰਜਾਬੀ ਦੀ ਤੇ ਜਦੋਂ ਉਹ ਪਿੰਡ ਦੇ ਕੋਲੋਂ ਮਤਲਬ ਦੇਖਦਾ ਹੈਗਾ ਤਾਂ ਉੱਥੇ ਇਹਨਾਂ ਦੀ ਕੋਈ ਸੇਵਾ ਕਰ ਕੇ ਦਿੱਤਾ ਹੈਗਾ ਤੇ ਲੋਕ ਜਿਹੜੇ ਕਿਸੇ ਬਜ਼ੁਰਗ ਨੂੰ ਚਲਾ ਕੇ ਜਾ ਰਹੇ ਔਰ ਜਿਵੇਂ ਕਿ ਅਸੀਂ ਹੁੰਦਾ ਕਿ ਅਸੀਂ ਹਰ ਮੌਤ ਦੇ ਉੱਤੇ ਗੱਲ ਕਰਦੇ ਹਾਂ ਕਿ ਜੇ ਉਹਦੀ ਮੌਤ ਹੋ ਗਈ ਅਸੀਂ ਕਹਿੰਦੇ ਜੇ ਕੋਈ ਸੌਖਾ ਲੰਘ ਜਾਂਦਾ ਕਹਿੰਦੇ ਆਪਣੇ ਕੁੱਝ ਕੀਤੇ ਜਿਹੜਾ ਸੌਖਾ ਲੰਘ ਗਿਆ
ਜਿਹੜੀ ਔਖਾ ਹੁੰਦਾ ਤਾਂ ਉਹਦੇ ਬਾਰੇ ਗੱਲ ਕਰਦੇ ਕਿ ਇਹਨੇ ਵਿਚਾਰੇ ਨੂੰ ਕੋਈ ਮਾੜਾ ਕੀਤਾ ਸੀ, ਪਤਾ ਨਹੀਂ ਮੌਤ ਦੇ ਸਮੇਂ ਕਿਉਂ ਔਖਾ ਹੋਇਆ। ਇਸ ਤਰ੍ਹਾਂ ਗੱਲਾਂ ਕਰਦੇ ਜਾ ਰਹੇ ਹਾਂ ਤਾਂ ਸਾਰੇ ਜੰਮੂ ਕੀਤੇ ਜਾ ਰਹੇ ਕਿਉਂਕਿ ਇਹ ਬਜ਼ੁਰਗ ਜਿਹਨੂੰ ਅਸੀਂ ਆਪਣੇ ਦਰਨਾਮ ਸੰਸਕਾਰਾਂ ਦਾ ਕਰਕੇ ਆ ਰਹੇ ਹੈਗੇ ਆ, ਇਹ ਇੰਨਾ ਸੌਖਾ ਲਾਹੇ ਗਿਆ। ਉਹਦੇ ਪੁੱਤਰ ਨੂੰ ਇਸ ਗੱਲ 'ਤੇ ਬੜੀ ਔਖ ਲੱਗ ਰਹੀ ਹੈਗੀ ਹੈ ਕਿ ਵੀ ਕਿਨੂੰ ਇੰਨਾ ਵਾਰ ਵਾਰ ਇਸ ਗੱਲ ਨੂੰ ਕਿਉਂ ਦੁਹਰਾ ਰਹੇ। ਤਾਂ ਉਹ ਐਕਸਪਲੇਨ ਕਰਨਾ ਚਾਹੁੰਦਾ ਕਿ ਮੇਰਾ ਪਿਓ ਸੌਖਾ ਕਿਉਂ ਲੱਗਿਆ। ਉਹ ਕਹਿੰਦਾ ਕਿ ਇਹਨੇ ਬੜਾ ਹੀ ਪੁੰਨ ਦਾ ਕੰਮ ਕੀਤਾ ਸੀ। ਉਹ ਪੁੰਨ ਦਾ ਕੰਮ ਕੀ ਸੀ? ਉਹ ਪੁੰਨ ਦਾ ਕੰਮ ਨਹੀਂ ਸੀਗਾ ਕਿ ਉਸ ਤਾਫਲੇ ਦੇ ਜਿਹੜੇ ਬੱਚੇ ਸੀਗੇ, ਜਦੋਂ ਉੱਥੇ ਮਹਾਂਮਾਰੀ ਫੈਲਣ ਦਾ ਡਰ ਹੁੰਦਾ ਤਾਂ ਲੋਕਾਂ ਦਾ ਪਿੰਡ ਦੇ ਉਸ ਤਾਫਲੇ ਦੇ ਜਵਾਬ ਦਿੱਤੇ ਜਾਂਦੇ ਨੇ, ਪਰ ਜਿਹੜੇ ਬੱਚੇ ਜੁੜਦੇ ਨੇ ਉਹਨਾਂ ਦਾ ਕੀ ਕੀਤਾ ਜਾਂਦਾ? ਉਹਨਾਂ ਨੂੰ ਕੌਣ ਪਾਲੇ, ਕੌਣ ਸਾਂਭੇ, ਉਹਨਾਂ ਨੂੰ ਕਿੱਥੇ ਬਚਾਇਆ ਜਾਵੇ? ਤਾਂ ਜਿਹੜਾ ਇਹ ਬੰਦਾ ਹੈਗਾ ਉਹ ਕਹਿੰਦਾ ਹੈਗਾ ਕਿ ਕਿੱਥੇ ਪਾਲਦੇ ਪਟੰਗੇ, ਇਹਨਾਂ ਨੂੰ ਇੱਕ ਇੱਕ ਤੱਕ ਬੱਝਣਾ ਹੈਗਾ ਅਤੇ ਇਹਨਾਂ ਨੂੰ ਖਤਮ ਕੀਤਾ ਜਾਵੇ। ਪਰ ਬੱਚੇ ਨੂੰ ਮਾਰੇ ਕੌਣ? ਤਾਂ ਇਸ ਜਿਹੜਾ ਬੰਦਾ ਮਰਿਆ ਹੈਗਾ ਇਸ ਬੰਦੇ ਨੂੰ ਉਹਨਾਂ ਦਾ ਇੱਕ ਇੱਕ ਤੱਕ ਲਾ ਕੇ ਉਹਨਾਂ ਨੂੰ ਦਰਿਆ ਵਿੱਚ ਸੁੱਟਿਆ ਹੁੰਦਾ। ਅਤੇ ਉਸ ਦੇ ਪੁੱਤਰ ਨੂੰ ਪਤਾ ਹੈਗਾ ਕਿ ਮੇਰੇ ਪਿਓ ਨੇ ਕੀ ਕੰਮ ਤਹਾੜੀ ਸਾਨੂੰ ਕੁਝ ਨੀ ਕਹਿੰਦਾ, ਸਾਨੂੰ ਸਾਡੇ ਆਪਣੇ ਛੱਡ ਦਿੰਦਾ। ਅਸੀਂ ਆਪਣੀ ਪੰਜਾਬੀਅਤ ਨੂੰ, ਅਸੀਂ ਆਪਣੇ ਵੱਡੇਪਣ ਨੂੰ, ਅਸੀਂ ਆਪਣੇ ਮਨੁੱਖ ਹੋਣ ਨੂੰ ਖੁਦ ਡਿਫਾਈਨ ਕਰੀਏ ਕਿ ਅਸੀਂ ਇੱਕ ਦੂਜੇ ਮਨੁੱਖ ਹਾਂ, ਅਸੀਂ ਕਿਉਂ ਪੰਜਾਬੀ ਹਾਂ, ਜਿਸ ਪੰਜਾਬੀਅਤ ਦੀ ਅਸੀਂ ਸੋਭਾ ਕਰਦੇ ਹਾਂ ਪੰਜਾਬੀਅਤ। ਇਸ ਤਰ੍ਹਾਂ ਸਾਨੂੰ ਸਾਡੇ ਹਾਲ ਤੇ ਛੱਡ ਦੇਣਾ, ਖੁਦ ਦਾ ਕਹਿਣਾ, ਤੁਹਾਨੂੰ ਬਸ ਅੰਦਰ ਵੱਲ ਮੋੜ ਦੇਣਾ, ਤੁਹਾਨੂੰ ਇਹ ਮਹਿਸੂਸ ਕਰਨ ਲੱਗ ਦੇਣਾ ਕਿ ਤੁਸੀਂ ਆਪਣੇ ਆਪ ਨੂੰ ਖੋਲ ਲਓ, ਆਪਣੇ ਆਪ ਨੂੰ ਸੰਘਾਲੋ ਕਿ ਤੁਸੀਂ ਕੌਣ ਹੋ। ਜਿਹੜੀਆਂ ਇਸ ਆਮ ਖਾਸ ਸੰਗ੍ਰਹਿ ਦੀ ਤੁਸੀਂ ਕਹਾਣੀਆਂ ਪੜੋਗੇ ਉਹਦੇ 'ਚ ਤੁਹਾਨੂੰ ਇਹੀ ਜ਼ਰੂਰਤ ਥਾਂ ਥਾਂ 'ਤੇ ਮਿਲੇਗੀ। ਸਾਡੇ ਲੀਡਰ ਜਿਹੜੇ ਹੈਗੇ ਨੇ ਉਹ ਸਾਡੇ ਦੁੱਖਾਂ ਨੂੰ ਵੱਢਦੇ ਨੇ ਅਤੇ ਦੁੱਖਾਂ ਨੂੰ ਲੁੱਟਦੇ ਨੇ। ਸਾਡੇ ਅੱਜ ਜਿਹੜਾ ਬੰਦਾ ਹੈਗਾ ਉਸ ਨੂੰ ਕਹਿੰਦਾ ਮਤਲਬ ਜਿਹੜੀ ਇਲੈਕਸ਼ਨ ਹੈ ਉਹ ਕਾਹਦੇ ਲਈ ਲੜਦਾ ਹੈ, ਕਿਹੋ ਜਿਹੇ ਸਾਡੇ ਚੈਲੇਂਜ ਨਹੀਂ, ਕਿਹੋ ਜਿਹੇ ਅਸੀਂ ਉਸ ਤੋਂ ਆਸ ਕਰੀਏ। ਇਹ ਸਾਰਾ ਕੁਝ ਇੱਥੇ ਮਾਸਕ ਯੋਜਨਾ ਨੇ ਕਹਾਣੀ ਦੇ ਵਿੱਚ ਤੁਹਾਨੂੰ ਥਾਂ ਥਾਂ 'ਤੇ ਲੁੱਟੇਗਾ। ਬਸ ਸਿਰਫ ਮਨ ਖੋਲ੍ਹ ਕੇ ਅਤੇ ਆਪਣੇ ਮਨ ਨੂੰ ਇੱਕ ਉਸ ਰਿਸੀਵਿੰਗ ਵੱਲ ਲਿਜਾ ਕੇ ਕਹਾਣੀ ਪੜ੍ਹਨੀ ਪਏਗੀ, ਤਾਂ ਸਾਨੂੰ ਮਿਲੇਗਾ ਕਿ ਉਹ ਸਾਨੂੰ ਪੰਜਾਬੀਆਂ ਨੂੰ ਕਹਿਣਾ ਨਹੀਂ ਚਾਹੁੰਦੇ, ਸਾਡੇ ਰਾਹੀਂ ਸਾਡੇ ਰੋਜ਼ ਦੇ ਜੋ ਕੁਛ ਸਾਡੇ ਨਾਲ ਵਾਪਰ ਹੈ ਉਹਦੇ ਰਾਹੀਂ ਉਹ ਸਾਨੂੰ ਕੀ ਦਿਖਾਉਣਾ ਚਾਹੁੰਦੇ ਹਨ। ਆਰਥਿਕ ਸ਼ੋਸ਼ਣ ਦੀ ਗੱਲ ਉਹਨਾਂ ਦੇ ਕਹਾਣੀਆਂ ਦੇ ਵਿੱਚ ਹੈ, ਪਰ ਉਹ ਹਾਰੇ ਹੋਏ, ਥਿੜਕੇ ਹੋਏ, ਕਿਸੇ ਵੀ ਲਾਈਨ ਦੀ ਕਹਾਣੀ ਨਹੀਂ ਹੈ। ਜੇ ਆਸ਼ੀਰਵਾਦ ਦੀ ਕਹਾਣੀ ਹੈ ਤਾਂ ਉਹ ਚਲਾਉਣ ਵਾਲੀ ਨਾਇਕਾ ਦੀ ਕਹਾਣੀ ਹੈ। ਜੇ ਕੇਕ ਕਹਾਣੀ ਹੈ ਤਾਂ ਉਸ ਬੰਦੇ ਦੀ ਕਹਾਣੀ ਹੈ ਜਿਹੜਾ ਕੇਕ ਟੁੱਟਿਆ ਨੂੰ ਪਾਸ ਕਰਦਾ ਹੈ। ਜਦੋਂ ਤੁਸੀਂ ਕਹਾਣੀ ਦਾ ਅੰਤ ਦੇਖੋਗੇ ਤਾਂ ਕਹਾਣੀ ਅੰਤ ਕਿੱਥੇ ਲੈ ਜਾਵੇ ਕਰਦੇ ਨੇ, ਤਾਂ ਤੁਹਾਨੂੰ ਸਮਝ ਆਏਗਾ ਕਿ ਤੁਹਾਨੂੰ ਕਹਿਣਾ ਕੀ ਚਾਹੁੰਦੇ। ਮੈਂ ਤੁਹਾਨੂੰ ਕਿਹਾ ਕਿ ਰੁਪਾਨਾ ਦੀ ਕਹਾਣੀ ਨੂੰ ਜੇ ਪੜ੍ਹਨਾ ਪੜ੍ਹਨਾ ਅਸੀਂ ਚਾਹੀਏ ਇਹ ਮਨੁੱਖੀ ਮਨ ਦੀਆਂ ਬੁਝਾਰਤਾਂ ਨੇ। ਇਹ ਬਹੁਤ ਬਹੁਤ ਖੂਬਸੂਰਤ ਪਹੇਲੀਆਂ ਨੇ ਜਿਹੜੀਆਂ ਕਿ ਸਾਨੂੰ ਖੋਲ ਖੋਲ ਕੇ ਦੇਖਣੀਆਂ ਪੈਣੀਆਂ ਜੋ ਸਾਨੂੰ ਕਿੱਥੇ ਲੈ ਕੇ ਜਾਂਦੀਆਂ ਨੇ। ਔਰ ਇਸ ਪ੍ਰਕਾਰ ਲੱਗਦਾ ਕਿ ਸਭ ਤੋਂ ਜਿਹੜੀ ਉਹਨਾਂ ਦੀ ਮਨ ਧੋਂਦੀ ਰੱਖ ਹੈ ਜਿਹਦੇ ਵਿੱਚ ਉਹ ਕਹਾਣੀ ਬਹੁਤ ਵਾਰੀ ਲੈ ਕੇ ਜਾਂਦੇ ਨੇ ਉਹ ਹੈ ਔਰਤ ਦਾ ਮਨ। ਮੈਨੂੰ ਹੈਰਾਨੀ ਹੋਈ ਕਿ ਉਸ ਦੌਰ ਵਿੱਚ ਬਹੁਤ ਸਾਰੇ ਲੇਖਕਾਂ ਨੇ, ਵੱਡ ਲੇਖਕਾਂ ਨੇ, ਔਰਤ ਲੇਖਕਾਂ ਨੇ ਵੀ ਔਰਤ ਦੇ ਮਨ ਬਾਰੇ ਖੁਦ ਵੀ ਲਿਖਿਆ ਜਾਂਦਾ ਲਿਖਿਆ, ਪਰ ਬਹੁਤ ਵੱਡੇ ਵੱਡੇ ਗੱਲਕਾਰ ਵੀ ਸਾਡੇ ਅੱਛੇ ਹੈਗੇ ਨੇ ਜਦੋਂ ਉਹ ਔਰਤ ਮਨ ਬਾਰੇ ਗੱਲ ਕਰਦੇ ਨੇ ਤਾਂ ਬੜੇ ਅਮੂਰਤ ਭਾਵਾਂ ਵਿੱਚ ਚਲੇ ਜਾਂਦੇ ਨੇ। ਜਾਂ ਹੈ ਕਿ ਉਹ ਕਿਸੇ ਦੇ ਬੋਲਾਂ ਵਿੱਚ ਬੋਲ ਪਾ ਕੇ ਕਿ ਫਲਾਣਾ ਇੰਝ ਕਹਿੰਦਾ, ਫਲਾਣਾ ਫਲਾਣੇ ਨੇ ਇੰਝ ਕਿਹਾ, ਜਾਂ ਫਲਾਣੇ ਨੇ ਮਤਲਬ ਕੋਈ ਐਗਜ਼ਾਮਪਲ ਵਾਸਤੇ ਉਹਦੇ ਨਾਲ ਉਹਨੂੰ ਜਾਫਰੀ ਤੇ ਲਿਆ ਕੇ ਦੱਸਦੇ ਨੇ। ਪਰ ਰੁਪਾਣਾ ਹਮੇਸ਼ਾ ਜਦੋਂ ਅੰਦਰ ਮੁਕਾਵਾਂ ਨੂੰ ਜਾਂ ਨਾਰੀ ਦੇ ਮਨ ਨੂੰ ਚਿੱਤਰਨ ਲੱਗਦੇ ਨੇ ਤਾਂ ਉਹ ਕਿਸੇ ਦੇ ਬੋਲਾਂ, ਕਿਸੇ ਦੇ ਰਾਹਾਂ, ਕਿਸੇ ਦੇ ਸੁਝਾਵਾਂ, ਕਿਸੇ ਦੇ ਇਸ਼ਾਰਿਆਂ ਦੇ ਉੱਤੇ ਆਪਣੀ ਕਹਾਣੀ ਨਹੀਂ ਬੋਲਦੇ। ਉਹਨਾਂ ਦੀ ਕਹਾਣੀਆਂ ਵਿੱਚ ਔਰਤ ਖੁਦ ਬੋਲਦੀ ਹੈ। ਅੱਜ ਇੰਨਾ ਮਤਲਬ ਇੰਨੇ ਦਾਅਵੇ ਦੇ ਨਾਲ ਇੰਨਾ ਮਤਲਬ ਆਪਣੀ ਕਸ਼ਮਕਸ਼ ਨੂੰ ਇੰਨੀ ਸਪਸ਼ਟਤਾ ਦੇ ਨਾਲ ਅੱਗੇ ਲੈ ਕੇ ਆਉਂਦੀ ਹੈ ਕਿ ਹੈਰਾਨੀ ਹੁੰਦੀ ਹੈਗੀ ਕਿ ਉਹ ਇਸ ਔਰਤ ਮਨ ਦੀ ਥਾਂ
ਕਿਵੇਂ ਪਾ ਸਕਦੇ ਹਾਂ? ਅੱਧੀਆਂ ਤੋਂ ਵੱਧ ਕਹਾਣੀਆਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਔਰਤ ਨਾਇਕ ਹੈ, ਔਰ ਮਤਲਬ ਇੱਕ ਟੋਟਾ ਔਰਤ, ਇੱਕ ਪਲ ਦੀ ਵਫਾ, ਦੂਜੇ ਰਸਮ ਪਿਆਸ, ਕੋਈ ਵੀ ਕਹਾਣੀ ਤੁਸੀਂ ਮੇਰੇ ਕੋਲ ਸਮਾਂ ਨਹੀਂ ਲੱਗਿਆ ਸਕਦਾ ਤੁਹਾਨੂੰ ਇੱਕ ਜਾਂ ਦੋ ਕਹਾਣੀਆਂ ਸੁਣਾਉਂਗੀ, ਪਰ ਜਿੰਨਾ ਮੈਂ ਸ਼ੀਸ਼ਾ ਤੇ ਹਵਾ ਦੇ ਕਰਨਾ ਮਤਲਬ ਲਗਾਇਆ ਕਿ ਬੰਦੇ ਨੂੰ ਕਿਵੇਂ ਦੇਖਣਾ ਚਾਹੀਦਾ, ਔਰਤ ਨੂੰ ਆਪਣਾ ਮਰ, ਔਰਤ ਨੂੰ ਆਪਣਾ ਸਾਹਸ, ਆਪਣਾ ਪ੍ਰਾਣ ਕਿਵੇਂ ਇਕੱਠਾ ਕਰਨਾ ਹੈਗਾ, ਕਿਵੇਂ ਕਿੱਥੋਂ ਇਕੱਠਾ ਕਰਨਾ, ਔਰ ਆਪਣਾ ਆਪਣੀ ਬੋਲ ਨੂੰ ਤਸਲੀਮ ਵੀ ਕਰਨਾ, ਆਪਣੇ ਮੂੰਹ ਨੂੰ ਤਸਦੀਕ ਵੀ ਕਰਾਉਣਾ, ਇੱਥੋਂ ਤੱਕ ਜਿਹੜੀ ਕਹਾਣੀ ਉਹਨਾਂ ਦੀ ਜਾਗਰੀ ਲਈ ਹੈ। ਔਰ ਮਤਲਬ ਇਸ ਸਮਰੱਥਾ ਵਾਲੀਆਂ ਬਹੁਤ ਘੱਟ ਕਹਾਣੀਆਂ ਹੋਣਗੀਆਂ ਜਿਹੜੀਆਂ ਤੁਹਾਨੂੰ ਜਿਹੜੀਆਂ ਜਿਹਦੇ ਵਿੱਚ ਔਰਤ ਆਪਣੇ ਹੋਣ 'ਤੇ ਇਮਾਨ ਕਰਦੀ ਹੋਵੇ, ਜਿੱਥੇ ਔਰਤ ਜਿਹੜੀ ਕਿ ਆਪਣੇ ਹੋਣ ਨੂੰ ਜਿਤਾ ਰਹੀ ਹੋਵੇ, ਆਪਣੇ ਹੋਣ ਨੂੰ ਤਸਲੀਮ ਕਰਾ ਰਹੀ ਹੋਵੇ, ਆਪਣੇ ਮੂੰਹ ਨੂੰ ਤਸਦੀਕ ਕਰਾ ਰਹੀ ਹੋਵੇ, ਇਹੋ ਜਿਹੀਆਂ ਬਹੁਤ ਘੱਟ ਕਹਾਣੀਆਂ ਤੁਹਾਨੂੰ ਪੰਜਾਬੀ ਸਾਹਿਤ ਵਿੱਚ ਪੜ੍ਹਨ ਨੂੰ ਮਿਲਣਗੀਆਂ। ਮਤਲਬ ਜੇ ਇੱਕ ਪਲ ਦੀ ਵਫਾ ਵਿੱਚ ਬਹੁਤ ਲਿਖਿਆ ਔਰਤ ਜਿਹੜੀ ਦੇਖੀ ਹੈ ਜਿਸ ਪਲ ਨੇ ਓਨੈਸਟੀ ਨਾਲ ਜੀਵਿਆ ਹੈ ਉਹਦੇ ਬਾਰੇ ਉਹ ਦੱਸ ਰਹੀ ਹੈ, ਤਾਂ ਕਣਕ ਦਾ ਜਦੋਂ ਬਿਲਕੁਲ ਅਨਪੜ੍ਹ ਸਾਰੀ ਉਮਰ ਵਿੱਚ ਵਿਧਵਾ ਲਾਈਫ ਗੁਜ਼ਾਰਦੀ ਹੈ, ਪਰ ਜਦੋਂ ਉਹ ਅੱਜ ਦੇ ਜ਼ਮਾਨੇ ਦੀ ਔਰਤ ਤੇ ਆਪਣੇ ਜ਼ਮਾਨੇ ਦੀ ਔਰਤ ਦੀ ਤੁਲਨਾਉਂਦੀ ਹੈ ਤਾਂ ਉਹਦੇ ਪੈਰ ਦੇ ਹੇਠਾਂ ਦਾ ਮਸਲਿਆ ਜਾਣਾ ਹੈ, ਕਣਕ ਦਾ ਜਾਣਾ ਹੈ, ਉਹ ਦੱਸਦਾ ਹੈਗਾ ਕਿ ਉਹਦੇ ਅੰਦਰ ਕਿਹੋ ਜਿਹੀ ਕਸ਼ਮਕਸ਼ ਚੱਲ ਰਹੀ ਹੈ। ਇਹਨਾਂ ਦੀਆਂ ਕਹਾਣੀਆਂ ਦੇ ਨਾਲ ਮਤਲਬ ਬਹੁਤ ਵੱਡਾ ਅਭਿਆਸ ਹੋਏਗਾ ਜੇ ਕੋਈ ਕਵੇ ਕਿ ਇਹਨਾਂ ਕਹਾਣੀ ਇਹਨਾਂ ਕਹਾਣੀ ਦੀ ਸਿੱਖਿਆ ਇਹ ਹੈ ਜਾਂ ਇਹਨਾਂ ਕਹਾਣੀਆਂ ਦਾ ਮੋਰਲ ਇਹ ਹੈ ਜਾਂ ਇਹਨਾਂ ਕਹਾਣੀ ਦਾ ਸਾਰ ਕੀਤਾ ਜਾ ਸਕਦਾ ਹੈ। ਗੁਰਦੇਵ ਰੁਪਾਣਾ ਕਿਸੇ ਸਿੱਖਿਆ ਦੇ ਲਈ, ਕਿਸੇ ਸਾਰ ਦੇ ਲਈ ਕਹਾਣੀ ਨਹੀਂ ਲਿਖਦਾ, ਉਹ ਕਿਸੇ ਥੀਮ ਦੇ ਦੌਰੇ ਕਹਾਣੀ ਉਸਾਰਦਾ। ਇਸ ਕਰਕੇ ਇਸ ਕਹਾਣੀ ਦਾ ਆਨੰਦ, ਇਸ ਕਹਾਣੀ ਦਾ ਸੋਝ ਤੁਸੀਂ ਸਿਰਫ ਪੜ੍ਹ ਕੇ ਮਾਣ ਸਕਦੇ ਹੋ, ਇਸ ਕਹਾਣੀ ਦੇ ਸਮਝ ਕੀਤਿਆਂ ਕੁਛ ਨਹੀਂ ਮਾਣਾ। ਨਹੀਂ ਇਸ਼ਾਰੇ ਇੰਨੇ ਕਹਾਣੀ ਦੇ ਵਿੱਚ ਹੈਗੇ ਨੇ, ਔਰ ਕਿੱਸਾ ਕੋਈ ਜਿਹੜੀ ਹੈਗੀ ਉਹ ਕਹਾਣੀ ਨਹੀਂ ਹੈਗੀ ਕਿ ਇਹਨਾਂ ਦੀ ਕਹਾਣੀ ਦੇ ਵਿੱਚ ਇੰਨੀ ਖੂਬਸੂਰਤ ਹੈ ਕਿ ਕੋਈ ਕਹਾਣੀ ਤੋਂ ਸ਼ੁਰੂ ਕਰ ਲਓ, ਪੜ੍ਹੇ ਬਿਨਾਂ ਮੁਕੰਮਲ ਕੀਤੇ ਬਿਨਾਂ ਤੁਸੀਂ ਨਹੀਂ ਰਹਿ ਸਕਦੇ। ਜੇ ਸਿਰਫ ਕਿੱਸਾ ਕੋਈ ਜਾਦੂ ਦੇਖਣਾ ਹੋਵੇ ਤਾਂ ਮੈਨੂੰ ਲੱਗਦਾ ਹੈਗਾ ਕਿ ਜਿਹੜੀਆਂ ਕਹਾਣੀਆਂ ਹੈਗੀਆਂ ਨਾ ਮਤਲਬ ਮੈਨੂੰ ਨਹੀਂ ਲੱਗਦਾ ਕਿ ਮੈਂ ਇੱਕ ਜਾਂ ਦੋ ਕਹਾਣੀ ਦਾ ਨਾਂ ਲਵਾਂ, ਜੇ ਇਹਨਾਂ ਦੀਆਂ ਪੰਜਾਬੀਆਂ 50 ਕਹਾਣੀਆਂ ਪੜ੍ਹੋਗੇ ਤਾਂ ਤੁਸੀਂ ਮਾਣੋਗੇ। ਮੌਤ ਨੂੰ ਪੰਜਾਬੀ ਬੰਦਾ ਕਿਵੇਂ ਕੰਸੀਵ ਕਰਦਾ, ਮਤਲਬ ਇਹ ਇਹੋ ਜਿਹਾ ਵਿਸ਼ਾ ਜਿਸ ਤੇ ਬਹੁਤ ਘੱਟ ਲਿਖਿਆ ਜਾਂਦਾ, ਪਰ ਇਹਨਾਂ ਦੀਆਂ ਪੰਜ ਕਹਾਣੀਆਂ ਦੇ ਵਿੱਚ ਹੈਗਾ ਕਿ ਮੌਤ ਦੇ ਨੇੜੇ ਜਾ ਕੇ ਬੰਦਾ ਕਿਹੋ ਜਿਹੇ ਕਿਹੋ ਜਿਹੇ ਅਸ਼ਾਂਤੀਆਂ ਦੇ ਵਿੱਚੋਂ, ਕਿਹੋ ਜਿਹੇ ਭੋਲੇ ਭਾਵ ਵਿੱਚੋਂ, ਕਿਹੋ ਜਿਹਾ ਸਾਫ਼ ਭਾਵਨਾ ਵਿੱਚੋਂ ਨਿਕਲਦਾ, ਉਹ ਇਹਨਾਂ ਦੀਆਂ ਕਹਾਣੀਆਂ ਵਿੱਚ ਹੋਏਗਾ। ਤੇ ਮੌਤ ਤੋਂ ਬਾਅਦ ਦਾ ਸੰਸਾਰ ਵੀ ਸਾਡਾ ਕਿੰਨਾ ਸੈਕੂਲਰ ਹੈ, ਬਰਾਦ ਸਾਡੇ ਕਿੰਨਾ ਦਿਲਚਾਰੀ ਸੀਗੇ, ਉੱਥੇ ਵੀ ਸਾਨੂੰ ਕਹਿੰਦਾ ਮਤਲਬ ਅਸੀਂ ਆਪਣੇ ਜੋ ਸਾਡਾ ਧਰਮ ਹੈ ਉਹਦੇ ਅਨੁਸਾਰ ਅਸੀਂ ਉਸਨੂੰ ਉਸਨੂੰ ਪ੍ਰਸੀਵ ਕਰਦੇ ਹਾਂ, ਉਸਨੂੰ ਬਹੁਤ ਹੀ ਕਹਿੰਦਾ ਮਤਲਬ ਅੱਖ ਕਹੇ ਅਣਖ ਕਹੇ ਹਲਕੇ ਹਲਕੇ ਇਸ਼ਾਰਿਆਂ ਦੇ ਨਾਲ, ਬਿਆਨ ਦੇ ਨਾਲ, ਤਰਜ ਨਾਲ, ਗੱਲਾਂ ਦਾ ਕੜਾਹ ਬਣਾਉਣ ਵਾਲੇ ਜਿਹੜੇ ਕਹਿੰਦੇ ਮਤਲਬ ਸਾਡੇ ਕੋਈ ਨਾ ਕੋਈ ਬੰਦੇ ਹੁੰਦੇ ਹੈਗੇ ਨੇ, ਉਹਨਾਂ ਨੂੰ ਨਾਇਕ ਬਣਾ ਕੇ ਜ਼ਿੰਦਗੀ ਦੇ ਥਰੂ ਹੀ ਖਾਤ ਦੇ ਨਾਲ ਸਾਡਾ ਵਾਹ ਪਾ ਲੈਣਾ, ਇਹ ਰੁਪਾਣਾ ਸਾਹਿਬ ਦੀ ਪ੍ਰਾਪਤੀ ਹੈ। ਮੈਨੂੰ ਬਹੁਤ ਚੰਗਾ ਲੱਗਿਆ ਕੈਦਰ ਨੂੰ ਰੁਪਾਣਾ ਸਾਹਿਬ ਦੇ ਸਾਹਮਣੇ ਹੀ ਉਹਨਾਂ ਦੀ ਕਹਾਣੀ ਦੀ ਪ੍ਰਸ਼ੰਸਾ ਕਰਨ ਦਾ ਮੌਕਾ ਮਿਲਿਆ, ਅਦਰਵਾਈਜ਼ ਮੈਂ ਉਹਨਾਂ ਦੀ ਸਾਡੇ ਲਈ ਬਹੁਤ ਵੱਡੀ ਪ੍ਰਸ਼ੰਸਕ ਹਾਂ। ਉਹਨਾਂ ਦਾ ਕਹਾਣੀ ਕਹਿਣ ਦਾ ਢੰਗ ਇੰਨਾ ਸਫਲ ਹੈ ਔਰ ਇੰਨਾ ਕਾਰਗਰ ਹੈ, ਇੰਨਾ ਇੰਨਾ ਮਤਲਬ ਵਿਸ਼ੇ ਨੂੰ ਮੋਡੀਫਾਈ ਕਰਦਾ ਹੈ, ਇੰਨਾ ਐਕਸਪੈਂਡ ਕਰਦਾ ਹੈ, ਅਤੇ ਮੈਨੂੰ ਲੱਗਦਾ ਹੈਗਾ ਕਿ ਮਤਲਬ ਇਹ ਵੀ ਕਹਾਣੀਆਂ ਮੈਨੂੰ ਪਸੰਦ ਕੀਤੇ ਬਿਨਾਂ ਇਹਨਾਂ ਦਾ ਪ੍ਰਭਾਵ ਕੁਦਰੇ ਬਿਨਾਂ ਨਹੀਂ ਰਿਹਾ ਜਾ ਸਕਦਾ। ਜੇ ਸਿਰਫ ਪਾਠਕ ਮੰਨਦਾ ਉਹ ਸੰਵੇਦਨਸ਼ੀਲ ਹੋਵੇ, ਉਹ ਸਾਡੀ ਸੰਵੇਦਨਸ਼ੀਲਤਾ ਨੂੰ ਹੋਰ ਤਿੱਖਾ ਕਰਦੇ ਨੇ, ਹੋਰ ਵਧਾਉਂਦੇ ਨੇ, ਹੋਰ ਦਿਸ਼ਾਉਂਦੇ ਨੇ, ਔਰ ਇਹਦੇ ਵਿੱਚ ਜ਼ਿੰਦਗੀ ਪ੍ਰਤੀ ਜਿਹੜੀ ਸਾਡੀ ਸੋਚ ਹੈਗੀ ਹੈ ਉਹ ਹੋਰ ਵੱਧਦੀ ਹੈ, ਹੋਰ ਰਿਫਾਈਨ ਹੁੰਦੀ ਹੈ, ਹੋਰ ਸਬਲਾਈਨ ਹੁੰਦੀ ਹੈ। ਮੈਂ ਤੁਹਾਨੂੰ ਸਭ ਨੂੰ ਮੁਬਾਰਕ ਵੀ ਦੇਣਾ ਚਾਹਾਂਗੀ ਕਿ ਇਹ ਤੁਹਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਰੁਪਾਣਾ ਸਾਹਿਬ ਦੇ ਸਾਹਮਣੇ ਦੇਖ ਰਹੇ ਹੋ, ਅਤੇ ਇਹਨਾਂ ਦੀਆਂ ਕਹਾਣੀਆਂ ਪੜ੍ਹਨ ਦਾ ਤੁਹਾਡਾ ਮਨ ਜ਼ਰੂਰ ਬਣੇਗਾ। ਬਹੁਤ ਬਹੁਤ ਸ਼ੁਕਰੀਆ।